ਪੜਦੇ ਨਹੀਂ 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 ਜਿੰਨੀ ਗੱਲਣੀ ਉਨੀ ਚੱਲਦੀ ਹਵਾ ਇਨ ਕਿਉਂ ਕਹਿੰਦੇ ਨੂੰ ਚਲਾ ਜਾ ਉਹਦੇ ਦਿਨ ਕੋਈ ਆ ਜਾ ਹੁਣ ਮੈਂ ਕੰਮ ਕਰਨਾ ਯਾਰ ਬਾਅਦ ਚ ਵੇਖ ਲਈ ਤੂੰ ਬਾਈ ਜੀ ਇੱਧਰ ਆਇਓ ਮਾੜਾ ਜਿਹਾ ਮਾੜੀ ਇਹਦੇ ਬਾਰੇ ਨਾ ਜਾਣਕਾਰੀ ਦੇ ਦਿਓ ਫਿਰ ਉਹਦੇ 'ਚ ਨਾ ਉਵੇਂ ਲੋਕਾਂ ਨੂੰ ਪਤਾ ਲੱਗ ਜੂਗਾ ਅਤੇ ਮਾੜਾ ਜਿਹਾ ਦੱਸੋ ਇਹਦੇ 'ਤੇ ਇਹ ਇੰਜਣ ਤੁਸੀਂ ਇੰਜਣ ਕਿਹੜੇ ਮੋਟਰਸਾਈਕਲ ਦਾ ਰੱਖਿਆ ਇਹਦੇ ਵਿੱਚ ਅੱਛਾ ਪਲਟੀਨਾ ਪੰਜਾਂ ਗੇਅਰਾਂ ਵਾਲਾ ਮਤਲਬ ਗੇਅਰ ਇਹਦੇ ਆਹ ਲੀਵਰ ਤੋਂ ਆਹ ਗੇਅਰ ਹੋ ਗਏ ਹਾਂਜੀ ਅੱਛਾ ਬੈਕ ਵੀ ਚੱਲਦਾ ਹੈ ਅੱਛਾ ਇਹ ਬੈਕ ਵਾਸਤੇ ਆਹ ਇਕੱਲੇ ਗਾਂ ਲਈ ਹੈ ਟਰਾਲੀ ਪੈਂਦੀ ਮਗਰ ਤੁਸੀਂ ਕਰੀ ਹੈ ਤੇ ਤੁਸੀਂ ਆਪ ਹੀ ਬਣਾਇਆ ਜਾਣੀ ਠੀਕ ਹੈ ਸਟੀਅਰਿੰਗ ਹੈ ਵਧੀਆ ਸਾਰਾ ਕੁਛ ਇਹ ਸਿਸਟਮ ਇਹਦਾ ਰੈਲਾ ਬਹੁਤ ਠੀਕ ਹੈ ਯਾਰ ਤੇ ਟੈਂਕੀ ਵੀ ਆ ਮੋਟਰਸਾਈਕਲ ਵਾਲੀ ਹੋਈ ਹੈ ਅੱਛਾ ਜਾਣੀ ਟੈਂਕੀ ਦੇ ਉਹ ਜਾਣੀ ਤੁਸੀਂ ਜੇ ਜਾਂ ਮਤਲਬ ਮਰਜ਼ੀ ਆਪਾਂ ਬਣਵਾ ਸਕਦੇ ਹਾਂ ਤੁਸੀਂ ਉਹੋ ਜਿਹਾ ਬਣਾ ਸਕਦੇ ਹੋ ਮਤਲਬ ਜਿਵੇਂ ਹੋਰ ਹੋਰ ਕਿਸ ਤਰ੍ਹਾਂ ਦਾ ਬਣਾ ਸਕਦੇ ਹੋ ਤੁਸੀਂ ਜੈਪਸੀ ਟੈਪ ਬਣ ਜੂਗਾ ਜਿਵੇਂ ਜੈਪਸੀ ਨਹੀਂ ਹੁੰਦੀ ਗੀ ਹਾਂਜੀ ਮੂਰੋ ਜੈਪਸੀ ਬਣ ਜੂਗੀ ਮਗਰ ਬਾਡੀ ਲੱਗ ਜੂ ਏਡੇ ਇੱਕ ਚੈਪ ਜੀ ਬਸ ਤੇ ਇਹਦੀ ਇਹ ਜਾਣੀ ਆਪਾਂ ਇਹ ਬਣਾਉਣਾ ਹੋਵੇ ਤਕਰੀਬਨ ਜਾਣੀ ਆਹ ਤੁਹਾਨੂੰ ਕਿੰਨੇ 'ਚ ਤਿਆਰ ਇਹ 25-30 ਹਜ਼ਾਰ ਕੀਮਤ ਤਾਂ ਕੁਛ ਵੀ ਨਹੀਂ ਗੀ ਠੀਕ ਹੈ ਤੇ ਤੁਸੀਂ ਆਪਦਾ ਨਾ ਐਡਰੈਸ ਮਾੜਾ ਜਿਹਾ ਬੋਲ ਕੇ ਦੱਸ ਦਿਓ ਤਾਂ ਕਿ ਮਤਲਬ ਸੋਸ਼ਲ ਮੀਡੀਆ 'ਤੇ ਆਪਾਂ ਪਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਬਾਰੇ ਪਤਾ ਲੱਗੇ ਵੀ ਕੀ ਤੁਹਾਡਾ ਨਾਂ ਕੀ ਹੈ ਜੀ ਪਿੰਡ ਠੱਠੀ ਭਾਈ ਜੀ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਰਾਜੂ ਮੇਰਾ ਨਾਂ ਹੈ ਰਾਜੂ ਸੋਹੀ ਜੀ 87-270-83-83 ਨੰਬਰ ਆ ਜੀ ਆਪਣਾ ਫੋਨ ਨੰਬਰ ਦੁਬਾਰੇ ਫਿਰ 87-270-83-83 ਠੀਕ ਹੈ ਜੀ ਠੱਠੀ ਭਾਈ ਪਿੰਡ ਤੇ ਜਿਹੜਾ ਤੁਸੀਂ ਕਹਿੰਦੇ ਵੀ ਮਤਲਬ ਮਰੂਤੀ ਦਾ ਕਿਵੇਂ ਉਹ ਹਿੱਸਾ ਲਾ ਕੇ ਜਾਂ ਜੈਪਸੀ ਦਾ ਲਾ ਕੇ ਉਹਦੇ ਉਹ ਤਕਰੀਬਨ ਕਿੰਨੇ ਕੁ ਚ ਤਿਆਰ ਹੋ ਜੂ ਬਸ ਇੰਨੇ ਕੁ ਜੀ ਹੋ ਪਾਜੂਗਾ ਜੀ ਅੱਛਾ ਕੋਈ ਖਾਸ ਫਰਕ ਨਹੀਂ ਪੈਂਦਾਗਾ ਠੀਕ ਉਹਦੇ ਟਾਇਰ ਯਾਨੀ ਕਿ ਇੱਕੋ ਹੀ ਹੋਣਗੇ ਚਾਰੇ ਠੀਕ ਹੈ ਮਤਲਬ ਇਹ ਹੁਣ ਕੱਲੀ ਟਰਾਲੀ ਵਾਲਾ ਮਤਲਬ ਜਿਵੇਂ ਮਤਲਬ ਹਾਲ ਹੌਲ ਆਪਾਂ ਇੱਕ ਦੋ ਇਹਦੇ ਮਗਰ ਪਾਉਣੇ ਹੋਣਗੇ ਤਾਂ ਫਿਰ ਉਹ ਲਿਫਟ ਲਾਉਣੀ ਪਊਗੀ ਠੀਕ ਹੈ ਠੀਕ ਠੀਕ ਹੈ ਤੇ ਤੁਸੀਂ ਮਾੜਾ ਜਿਹਾ ਚਲਾ ਕੇ ਦਿਖਾ ਸਕਦੇ ਹੋ ਮਾਮੂਲੀ ਜਿਹਾ ਦਿਖਾ ਦਿਓ ਤਾਂ ਕਿ ਪਤਾ ਲੱਗ ਜਾਵੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣੇ ਨੇ ਆਪਾਂ ਚਲਾ ਕੇ ਦਿਖਾਇਆ ਉਸੇ ਤਰ੍ਹਾਂ ਹੀ ਗਾਂ ਨੂੰ ਉਸੇ ਤਰ੍ਹਾਂ ਹੀ ਪਛਾਣ ਨੂੰ ਜਾਂਦਾ ਇਹ ਅਤੇ ਬਹੁਤ ਹੀ ਵਧੀਆ ਚੀਜ਼ ਇਹਨਾਂ ਨੇ ਬਣਾਈ ਆ ਪੱਠੇ ਪੁੱਠੇ ਲਿਆਉਣ ਨੂੰ ਅਤੇ ਹੋਰ ਕੰਮਾਂ ਵਾਸਤੇ ਖੇਤੀ ਦੇ ਘਰ ਦੇ ਮਤਲਬ ਸਾਰੇ ਕੰਮਾਂ ਵਾਸਤੇ ਇਹਨੂੰ ਵਰਤਿਆ ਜਾ ਸਕਦਾ ਅਤੇ ਲਿਫਟ ਵਾਲਾ ਇਹ ਤਿਆਰ ਕਰ ਦਿੰਦੇ ਆ ਉਹ ਮਤਲਬ ਫਿਰ ਜ਼ਮੀਨ ਵਾਹੁਣ ਦੇ ਵੀ ਕੰਮ ਆਉਂਦਾ ਹੋਰ ਖੇਤੀ ਦੇ ਕੰਮਾਂ ਠੀਕ ਆ ਬਾਈ ਜੀ ਬਸ ਕਰ ਦਿਓ ਬੰਦ ਬਸ ਠੀਕ ਹੈ ਮਿਹਰਬਾਨੀ ਬਹੁਤ ਹੀ ਵਧੀਆ ਚੀਜ਼ ਤਿਆਰ ਕਰੀ ਆ ਬਾਈ ਜੀ ਹੁਣਿਆਂ ਨੇ ਤੋ ਇੱਥੇ ਹੀ ਇਹਨਾਂ ਦੀ ਆਹੀ ਵਰਕਸ਼ਾਪ ਹੈ ਇੱਥੇ ਹੀ ਇਹ ਤਿਆਰ ਕਰਦੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਇਹਨਾਂ ਨੇ ਆਹ ਠੱਠੀ ਭਾਈ ਪਿੰਡ ਹੈ ਇੱਥੇ ਇਹ ਕੰਮ ਕਰਦੇ ਆ ਇਹ ਸਾਹਮਣੇ ਬੱਸ ਅੱਡਾ ਬਸ ਇੱਥੇ ਜਮ੍ਹਾਂ ਕੋਲ ਹੀ ਬੱਸ ਅੱਡੇ ਦੇ ਨੇੜੇ ਹੀ ਕੰਮ ਕਰਦੇ ਆ ਤੋ ਜੇ ਕਿਸੇ ਵੀ ਵੀਰ ਭਾਈ ਨੂੰ ਲੋੜ ਹੋਵੇ ਤਾਂ ਉਹ ਬਾਈ ਜੀ ਹੁਣਿਆਂ ਤੋਂ ਆ ਕੇ ਤਿਆਰ ਵੀ ਕਰਵਾ ਸਕਦਾ ਆਪਦੇ ਮਨ ਪਸੰਦ ਦੀ ਚੀਜ਼ ਮਤਲਬ ਜਿਵੇਂ ਹੁਣ ਇਹਨਾਂ ਨੇ ਸਵਰਾਜ ਟਾਈਪ ਬਣਾਇਆ ਹੈ ਤੋ ਕਿਸੇ ਨੇ ਕਿਸੇ ਹੋਰ ਸ਼ੋਅ 'ਚ ਬਣਾਉਣਾ ਹੋਵੇ ਉਹ ਵੀ ਬਣ ਜੂ ਜਿਵੇਂ ਫੋਰਡ ਜਾਂ ਜਿਹੜੀ ਅਗਲੇ ਨੂੰ ਪਸੰਦ ਹੋਵੇ ਤਕਰੀਬਨ ਇੰਨੇ ਕੁ ਪੈਸਿਆਂ 'ਚ ਤਿਆਰ ਹੋ ਜੂਗਾ ਮਤਲਬ ਸ਼ੋਅ ਦਾ ਹੀ ਫਰਕ ਪਾਉਣਾ ਹਾਂਜੀ
ਬਾਕੀ ਸਾਰਾ ਸਮਾਨ ਉਵੇਂ ਹੀ ਲਾ ਕੇ, ਜੇ ਕਿਸੇ ਨੇ ਮਰੂਤੀ ਦੇ ਹਿੱਸੇ ਵਾਲਾ ਬਣਾਉਣਾ ਹੋਵੇ ਤਾਂ ਜਾਂ ਜਿਪਸੀ ਵਾਲਾ, ਉਹ ਵੀ ਤਕਰੀਬਨ ਬਾਈ ਜੀ ਕਹਿੰਦੇ 1-2 ਹਜ਼ਾਰ ਦਾ ਫਰਕ ਪੈ ਜੂਗਾ, ਇੰਨੇ ਕੁ ਜੀ ਉਹ ਤਿਆਰ ਹੋ ਜੂਗਾ। ਬਹੁਤ ਘੱਟ ਕੀਮਤ ਹੈ, ਤੋ ਇੰਨੇ ਦਾ ਤਾਂ ਮੋਟਰਸਾਈਕਲ ਨਹੀਂ ਆਉਂਦਾ ਗਾ। ਆਹ ਦੇਖੋ ਆਹ ਮੋਟਰਸਾਈਕਲ ਖੜ੍ਹਾ ਸਾਹਮਣੇ, ਆਹ ਮੈਂ 60,000 ਇਹ ਪਿਆ ਸਾਰੇ ਕਾਗਜ ਪੱਤਰ ਤਿਆਰ ਕਰਕੇ, ਤੋ 25,000 ਤਾਂ ਕੁਛ ਵੀ ਚੀਜ਼ ਨਹੀਂ ਗੀ, 25-26,000। ਤੋ ਇਹ ਮਤਲਬ ਬਹੁਤ ਹੀ ਵਧੀਆ ਚੀਜ਼ ਹੈ ਅਤੇ ਖੇਤੀ ਦੇ ਪੂਰੇ ਕੰਮ ਧੰਦੇ ਵਾਸਤੇ ਇਹਨੂੰ ਵਰਤਿਆ ਜਾ ਸਕਦਾ ਜੀ। ਓਕੇ, ਧੰਨਵਾਦ ਜੀ।